ਤਰਸੇਮ ਜੱਸਰ ਦਾ ਗਾਣਾ ਗੀਤ ਦੇ ਵਰਗੀ ਮੋਸਟ ਅਵੇਟਿਡ ਸੌਂਗ ਇਸ ਸਾਲ ਦਾ ਹੈ। ਕਾਫੀ ਦੇਰ ਤੋਂ ਤਰਸੇਮ ਜੱਸਰ ਵੱਲੋਂ ਇਸ ਗਾਣੇ ਦੇ ਹਿੰਟ ਦਿੱਤੇ ਜਾ ਰਹੇ ਸੀ ਤੇ ਇਸ ਗਾਣੇ ਵਿੱਚ ਫੀਚਰਿੰਗ ਕਰ ਰਹੀ ਹੈ ਓਸ਼ਨ ਬਰਾੜ ਤੇ ਜਦੋਂ ਦਾ ਇਸ ਗਾਣੇ ਦਾ ਪੋਸਟਰ ਤੇ ਟ੍ਰੇਲਰ ਲਾਂਚ ਹੋਇਆ ਫੈਨਸ ਦੀ ਐਕਸਾਈਟਮੈਂਟ ਹੋਰ ਵੀ ਵੱਧ ਗਈ ਹੈ। ਟ੍ਰੇਲਰ 'ਚ ਇੱਕ ਬਹੁਤ ਹੀ ਸੋਹਣੀ ਕਵਿਤਾ ਬੋਲੀ ਗਈ ਹੈ ਜੋ ਕਿ ਇੱਕ ਲਵਰ ਨੂੰ ਡੈਡੀਕੇਟ ਕੀਤੀ ਗਈ ਹੈ ਤੇ ਜਿਸ ਵਿੱਚ ਬਿਊਟੀ ਤੇ ਸਪੈਸ਼ਲਿਟੀ ਨੂੰ ਡਿਫਾਈਨ ਕੀਤਾ ਗਿਆ। ਗਾਣੇ ਦੇ ਟ੍ਰੇਲਰ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਮਿਊਜ਼ਿਕ ਵੀਡੀਓ 'ਚ ਰੋਇਲਟੀ ਨੂੰ ਬਰਕਰਾਰ ਰੱਖਿਆ ਗਿਆ। ਇਸ ਗਾਣੇ ਨੂੰ ਲਿਖਿਆ ਤੇ ਗਾਇਆ ਹੈ ਤਰਸੇਮ ਜੱਸਰ ਨੇ, ਇਸ ਦਾ ਮਿਊਜ਼ਿਕ ਦਿੱਤਾ ਦੀਪ ਚੰਡੂ ਨੇ ਤੇ ਵੀਡੀਓ ਡਾਇਰੈਕਟ ਕੀਤੀ ਹੈ ਐਵੈਕਸ ਢਿੱਲੋਂ ਨੇ ਤੇ ਫੁੱਲ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗੀ 9 ਫਰਵਰੀ ਨੂੰ।